ਸਰਪੰਚੀ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੋਣਾ ਸ਼ੁਰੂ ਹੋ ਚੁੱਕਿਆ। ਸਨੌਰ ਦੇ ਨਜ਼ਦੀਕ ਪਿੰਡ ਕਰਤਾਰਪੁਰ ਵਿੱਚ ਬੀਬੀ ਰਜਿੰਦਰ ਕੌਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇ ਉਹ ਪਿੰਡ ਦੇ ਸਰਪੰਚ ਬਣ ਜਾਂਦੇ ਨੇ ਤਾਂ ਪਿੰਡ ਵਿੱਚ ਪਹਿਲ ਦੇ ਆਧਾਰ ਤੇ ਵਿਕਾਸ ਦੇ ਕਾਰਜ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਪਿੰਡ ਵਿੱਚ ਕਈ ਅਜਿਹੇ ਕਾਰਜ ਹੋਣ ਵਾਲੇ ਨੇ ਜੋ ਪਿਛਲੀ ਸਰਕਾਰ ਦੇ ਸਮੇਂ ਨਹੀਂ ਕੀਤੇ ਗਏ। ਪਿੰਡ ਦੀ ਹਰ ਸਮੱਸਿਆ ਨੂੰ ਸਰਪੰਚ ਬਣਨ ਦੇ ਬਾਅਦ ਦੂਰ ਕੀਤਾ ਜਾਏਗਾ। ਉੱਥੇ ਹੀ ਪਿੰਡ ਵਾਲਿਆਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਬੀਬੀ ਰਜਿੰਦਰ ਕੌਰ ਪਿੰਡ ਦਾ ਹਰ ਵਿਕਾਸ ਦਾ ਕੰਮ ਪੂਰਾ ਕਰਵਾਉਣਗੇ, ਕਿਉਂਕਿ ਪੰਜਾਬ ਵਿੱਚ ਕਾਂਗਰਸੀ ਸਰਕਾਰ ਹੋਣ ਦੇ ਕਾਰਨ ਜੋ ਵੀ ਅਧੂਰੇ ਕਾਰਜ ਪਏ ਨੇ ਉਹ ਪੂਰੇ ਕੀਤੇ ਜਾ ਰਹੇ ਨੇ। ਨਾਮ ਹਾਕਮ ਸਿੰਘ ਹੈ ਜੀ। ਅਸੀਂ ਪਿੰਡ ਦਾ ਨੌਜਵਾਨ ਪੜ੍ਹਿਆ ਲਿਖਿਆ ਸੂਝਵਾਨ ਸਰਪੰਚ ਮੰਗਦੇ, ਜਿਹੜਾ ਪਿੰਡ ਦੀ ਨਿਕਾਸੀ ਕਰੇ, ਪਿੰਡ ਦੀਆਂ ਗਲੀਆਂ ਨਾਲੀਆਂ ਦਾ ਸਾਫ਼ ਸਫਾਈਆ ਹੋਣਾ ਚਾਹੀਦਾ ਜੀ। ਪਿੰਡ ਦਾ ਜੋ ਵੀ ਹੈ ਵਿਕਾਸ ਹੋਣਾ ਚਾਹੀਦਾ ਜੀ। ਪਿੰਡ 'ਚ ਕੀ ਕੰਮ ਹੋਣਾ ਜੀ? ਪਿੰਡ 'ਚ ਗਲੀਆਂ ਨਾਲੀਆਂ ਬਣਨ ਵਾਲੀਆਂ ਜੀ। ਪਾਣੀ ਦੀ ਨਿਕਾਸੀ ਦਾ ਖਾਸ ਪ੍ਰਬੰਧ ਨਹੀਂ ਹੈਗਾ ਜੀ, ਬਿਲਕੁਲ ਬੰਦ ਪਏ ਜੀ, ਛੱਪੜ ਬੰਦ ਪਏ ਆ। ਪਿੰਡ ਦੇ ਦੋ ਛੱਪੜਾਂ ਦੋਵਾਂ ਦੀ ਨਿਕਾਸੀ। ਹੁਣ ਤੱਕ ਸਰਪੰਚ ਸੀਗਾ ਪਿੰਡ 'ਚ, ਕੀ ਕੁਛ ਕਰਾ ਉਹਨਾਂ ਨੇ? ਸਰਪੰਚ ਕਹਿੰਦੇ ਜੋ ਕੁਛ ਥੋੜ੍ਹੀ ਬਹੁਤੀ ਗ੍ਰਾਂਟ ਮਿਲੀ ਆ ਉਹ ਲਾਈਏ ਜੀ, ਬਾਕੀ ਤਾਂ ਅਸੀਂ ਪੜ੍ਹਿਆ ਲਿਖਿਆ ਸਰਪੰਚ ਮੰਗਦੇ ਜੀ। ਸਰਪੰਚ ਨੂੰ ਅਸੀਂ ਸਫਾਈ ਭਾਲਦੇ ਵੀਰ ਜੀ। ਅੱਛਾ ਜੀ, ਵੀ ਸਫਾਈ ਹੋਵੇ ਗਾਂ ਦੀ। ਹੁਣ ਤੱਕ ਪਿੰਡ ਦੇ ਸਰਪੰਚ ਤੋਂ ਕੀ ਕੁਛ ਕਰਵਾਇਆ ਪਹਿਲਾਂ ਜੀ? ਸਰਪੰਚ ਨਹੀਂ ਕਰਿਆ ਕਿਸੇ ਨੇ ਰਾਜੇ, ਮੈਂ ਤਾਂ ਮੂੰਹ ਪਰ ਕਹਾ ਜਾ ਗੁੱਸਾ ਕਰੇ, ਕੋਈ ਗਿੱਲਾ ਕਰੇ, ਕੁਛ ਨਹੀਂ ਕਰਿਆ ਕਿਸੇ ਨੇ। ਹੁਣ ਕੀ ਭਾਲਦੇ ਹੋ? ਸਫਾਈ ਹੋਵੇ ਗਾਵਾਂ, ਉਸਕੇ ਮੂਹਰੇ ਗੁਰਦੁਆਰੇ ਦੇ ਮੂਹਰੇ ਪਾਣੀ ਖੜਿਆ ਉਹ ਨਾ ਹੋਵੇ। ਹੁਣ ਸਰਪੰਚ ਲੜਨ ਜਾ ਰਹੀ ਇਲੈਕਸ਼ਨ, ਨਵੀਆਂ ਸਰਪੰਚੀ ਚੋਣਾਂ ਆ ਰਹੀਆਂ, ਹਾਂਜੀ, ਕੀ ਕਹਿੰਦੇ ਸਰਪੰਚ ਕਰੇਗੀ ਕੰਮ ਇਹ ਜਿਹੜਾ ਸਰਪੰਚ ਬਣਾ ਰਹੇ ਹੋ? ਕਰੇ ਜੀ। ਗ੍ਰਾਮ ਪੰਚਾਇਤ ਕਰਤਾਰਪੁਰ ਤੋਂ ਸਰਪੰਚ ਦੀ ਚੋਣ ਲੜ ਰਹੇ ਹਾਂ। ਇਹ ਮੇਰੇ ਮਿਸਿਜ ਨੇ ਰਜਿੰਦਰ ਕੌਰ ਰਾਣੀ, ਜੋ ਸਾਨੂੰ ਚੋਣ ਸਾਨੂੰ ਮਿਲਿਆ ਸਿਲਾਈ ਮਸ਼ੀਨ ਜੀ। ਅਸੀਂ ਪਿੰਡ ਦੇ ਵਿਕਾਸ ਲਈ ਇਹ ਕੰਮ ਕਦਮ ਚੁੱਕਿਆ ਜੀ। ਇੱਕ ਤਾਂ ਸਾਡਾ ਟੋਬੇ ਦਾ ਹੈਗਾ ਬਹੁਤ ਮਾੜਾ ਹਾਲ ਹੈ, ਉਹਦੀ ਨਿਕਾਸੀ ਨਹੀਂ ਹੈਗੀ, ਗੁਰੂ ਘਰ ਅੱਗੇ ਪਾਣੀ ਵੜਦਾ ਬਹੁਤ ਜ਼ਿਆਦਾ, ਅਤੇ ਮੇਨ ਕੰਮ ਹੈ ਗਲੀਆਂ ਨਾਲੀਆਂ ਦਾ, ਕੁਛ ਗਲੀਆਂ ਬਣਨ ਰਹਿ ਰਹੀਆਂ ਨੇ, ਉਹਦੇ ਤਾਂ ਪਿੰਡ ਦੇ ਵਿਕਾਸ ਲਈ ਇਹ ਕਦਮ ਚੁੱਕਿਆ ਸੀ। ਸਰਪੰਚ ਬਣਨ ਤੋਂ ਬਾਅਦ ਅਸੀਂ ਪਿੰਡ ਦਾ ਪੂਰਾ ਵਿਕਾਸ ਕਰਾਂਗੇ, ਜਿਵੇਂ ਜਿਸ ਹਿਸਾਬ ਨਾਲ ਸਾਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਉਸ ਹਿਸਾਬ ਨਾਲ ਅਸੀਂ ਪੂਰੀ ਜਿੱਤ ਪ੍ਰਾਪਤ ਕਰਾਂਗੇ। ਸਨੌਰ ਤੋਂ ਆਸ਼ੂ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।